ਫਿਰੋਜ਼ਪੁਰ ਡਿਵੀਜ਼ਨ ਦੇ ਜਿਹੜੇ DRM ਹੈ ਉਹਨਾਂ ਨਾਲ ਮੀਟਿੰਗ ਅੱਜ ਫਿਕਸ ਹੋਈ ਜਿਸ ਵਿੱਚ ਸਾਡੇ ਮਾਨਯੋਗ ਕੈਬਨਿਟ ਵਜ਼ੀਰ ਪੰਜਾਬ ਦੇ ਸਰਦਾਰ ਇੰਦਰਜੀਤ ਸਿੰਘ ਨਿੱਜਰ ਜੀ ਆਏ ਸੀ ਔਰ ਉਹਦੇ ਚਰਚਾ ਕੀਤੀ ਕਿ ਰੀਗੋ ਬ੍ਰਿਜ ਕਿਉਂਕਿ ਅਨਸੇਫ ਡਿਕਲੇਅਰ ਕਰ ਦਿੱਤਾ ਗਿਆ ਸੀ ਉਹਨਾਂ ਵੱਲੋਂ ਔਰ ਉਹਦੇ ਤੇ ਇਹ ਕਿਸ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾ ਸਕਦਾ ਜਾਂ ਟੈਂਪਰੇਰੀ ਬੇਸ ਤੇ ਜਿੱਦਾਂ ਲਾਈਟ ਵਹੀਕਲ ਚੱਲਣੇ ਨੇ ਉਹ ਵੀ ਸੇਫ ਤਰੀਕੇ ਨਾਲ ਕਿੱਦਾਂ ਕੱਢ ਸਕਦੇ ਅੱਜ ਇਹਨਾਂ ਨੇ ਸਮੁੱਚੀ ਟੀਮ ਦੇ ਨਾਲ ਵਿਜ਼ਿਟ ਕੀਤਾ ਹੈ ਔਰ ਅਸੀਂ ਬਹੁਤ ਜਲਦੀ ਇਹਦਾ ਕੋਈ ਨਾ ਕੋਈ ਹੱਲ ਕੱਢ ਕੇ ਦਵਾਂਗੇ ਕਿਉਂਕਿ ਇਹ ਕੁਝ ਚੀਜ਼ਾਂ ਪੁਰਾਣੀਆਂ ਜਿਹੜੀਆਂ ਸਟੇਟ ਸਬਜੈਕਟ ਸੀ ਸਟੇਟ ਨੇ ਬਣਾ ਕੇ ਦਿੱਤਾ ਪੋਲਸੀ ਉਹਨਾਂ ਦਾ ਮੰਨਣਾ ਹੈ ਕਿ ਇਹ ਸਟੇਟ ਪੈਸੇ ਦੇਵੇ ਔਰ ਉਹ ਕਿਵੇਂ ਹੱਲ ਕਰਨਾ ਹੈ ਇਹ ਅਸੀਂ ਰਲ ਕੇ ਸਾਰੇ ਸਟੇਟ ਦੇ ਨਾਲ ਔਰ ਜਿਹੜਾ ਕੇਂਦਰੀ ਗਵਰਨਮੈਂਟ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਉਸ ਤੋਂ ਇਲਾਵਾ ਜਿਹੜੇ ਫਾਟਕ ਨੇ ਇੱਥੇ ਜਿਵੇਂ ਕੋਟ ਖਾਲਸਾ ਦਾ ਫਾਟਕ ਹੈ ਛਾਟੇ ਦਾ ਫਾਟਕ ਹੈ ਟਪਈ ਹੈ ਆਪਣਾ ਭਗਤਾਲਾ ਮੰਡੀ ਹੈ ਉਹਨਾਂ ਦੇ ਉੱਤੇ ਜਿਹੜੇ ROB ਕਿਸ ਤਰ੍ਹਾਂ ਬਣਨੇ ਨੇ ਜਹਾਂਗੀਰ ਫਾਟਕ ਹੈ ਉਹਨਾਂ ਦੇ ਉੱਤੇ ਕਿਵੇਂ ਜਹਾਂਗੀਰ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਲੋੜ ਹੈ ਉਹਨਾਂ 'ਤੇ ਸਾਰੀ ਡਿਸਕਸ਼ਨ ਹੋਈ ਵੀ ਕਿਵੇਂ ਕਰ ਸਕਦੇ ਕਿਵੇਂ ਫਿਜ਼ੀਬਿਲਟੀ ਜਿਹੜੀ ਹੈ ਉੱਥੇ ਪ੍ਰੂਵ ਹੋ ਸਕਦੀ ਕਿਉਂਕਿ ਫਿਜ਼ੀਬਿਲਟੀ ਨਹੀਂ ਬਣਦੀ ਕੋਲ ਬਣਦੀ ਜਾਂ ਕੁਛ ਬਣਦੀ ਸੋ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਗੱਲਬਾਤ ਕਰਕੇ ਇਹਨਾਂ ਚੀਜ਼ਾਂ ਨੂੰ ਹੱਲ ਕਰਾਵਾਂਗੇ ਔਰ ਜਿਹੜੀ ਰੇਲਵੇ ਵਾਲੀ ਹੋਈ ਉਹ ਅਸੀਂ ਉਹਦੇ ਨਾਲ ਗੱਲ ਕਰਕੇ ਹੱਲ ਕਰਾਵਾਂਗੇ ਕੁਛ ਜਿਹੜੇ ਟ੍ਰੇਨਸ ਦੇ ਇਸ਼ੂ ਨੇ ਹਜ਼ੂਰ ਸਾਹਿਬ ਸਾਲ ਵਾਲੀ ਟ੍ਰੇਨ ਦੇ ਜਾਂ ਹੋਰ ਟ੍ਰੇਨਸ ਦੇ ਇਸ਼ੂ ਸੀ ਉਹ ਵੀ ਸਾਰੇ ਡਿਸਕਸ ਹੋਏ ਆ ਜਿਵੇਂ ਜੋੜਾ ਫਾਟਕ ਦੇ ਨਾਲ ਰਸੂਲਪੁਰ ਨੂੰ ਰਸਤਾ ਜਾਂਦਾ ਉਹ ਵੀ ਡਿਸਕਸ ਹੋਇਆ ਉਹ ਵੀ ਇਹਨਾਂ ਨੇ ਇੱਕ ਕਮੇਟੀ ਬਣਾਈ ਹੈ ਜਿਹੜੀ ਰਿਪੋਰਟ ਕਰੇਗੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਜਿਹੜੇ 22 ਨੰਬਰ ਫਾਟਕ ਹੈ ਜਾਂ ਵੱਲਾ ਫਾਟਕ ਹੈ ਉੱਥੇ ਜਿਹੜੇ ਪੁਲ ਬਾਰੇ ਨਿਰਮਾਣ ਦਾ ਜਲਦੀ ਕੰਪਲੀਟ ਹੋਵੇ ਉਹਦੇ ਵਾਸਤੇ ਵੀ ਅਸੀਂ ਸਾਰੀ ਚਰਚਾ ਕੀਤੀ ਹੈ ਸੋ ਰੇਲਵੇ ਨਾਲ ਲੱਗਤੇ ਹੋਰ ਵੀ ਕਈ ਜਿਹੜੀਆਂ ਗੱਲਾਂ ਸੀ ਉਹ ਅਸੀਂ ਡਿਸਕਸ ਕੀਤੀਆਂ ਨੇ ਔਰ DRM ਦੇ ਨਾਲ ਜਿਹੜੀਆਂ ਧਾਂਚੇ ਲੈਂਦੀਆਂ ਨੇ ਡਿਸ ਸਾਹਿਬ ਸੀ ਸੋ ਜਿਹੜੀਆਂ ਕੰਮ ਸਟੇਟ ਦੇ ਨੇ ਉਹ ਇਹਨਾਂ ਜ਼ਿੰਮੇਵਾਰੀ ਲਈ ਕਿ ਅਸੀਂ ਜਲਦੀ ਤੋਂ ਜਲਦੀ ਸਟੇਟ ਦੇ ਨਾਲ ਗੱਲਬਾਤ ਕਰਕੇ ਜੇ ਫੰਡ ਦੀ ਰੋਡ ਪਈ ਉਹ ਵੀ ਠੀਕ ਕਰਾਂਗੇ ਨਾਲ G20 ਆ ਰਿਹਾ ਉਹਨੂੰ ਲੈ ਕੇ ਜਿਹੜਾ ਸੁੰਦਰੀਕਰਨ ਕਰਨਾ ਉਹਦੇ ਬਾਰੇ ਵੀ ਇਹਨਾਂ ਨੇ ਰੇਲਵੇ ਦੀ ਜਿੱਥੇ ਲੋੜ ਸੀ ਉਹਦੇ ਨਾਲ ਚਰਚਾ ਕੀਤੀ ਸੋ ਆਸ ਕਰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਵੱਡੀ ਸਮੱਸਿਆ ਅੰਮ੍ਰਿਤਸਰ 'ਚ ਬਣੀ ਹੈ 22 ਨੰਬਰ ਫਾਟਕ ਜਲਦੀ ਦੇਵਾਂਗੇ ਉਹਦੇ ਨਾਲ ਦੀ ਨਾਲ ਇਹਦੀ ਰਿਪੇਅਰ ਦਾ ਕੁਝ ਪ੍ਰੋਵੀਜ਼ਨ ਇਹਨਾਂ ਨੇ ਕਾਰਪੋਰੇਸ਼ਨ ਨੂੰ ਔਰ ਟਰੱਸਟ ਦੇ ਨਾਲ ਅਫਸਰ ਸਹਿਬਾਨ ਨੂੰ ਲਿਆ ਕੇ ਦੇਖਿਆ ਕਿ ਕਿਸ ਤਰੀਕੇ ਨਾਲ ਅਸੀਂ ਇਹਨੂੰ ਦੁਬਾਰਾ ਥੋੜ੍ਹਾ ਰਿਪੇਅਰ ਕਰਕੇ ਚੱਲਣ ਯੋਗ ਲਾਈਟ ਵਹੀਕਲ ਦੇ ਚੱਲਣ ਯੋਗ ਬਣਾ ਸਕੀਏ ਮੈਨੂੰ ਆਸ ਹੈ ਕਿ ਥੋੜ੍ਹੇ ਦਿਨਾਂ ਦੇ ਵਿੱਚ ਇਹਦੇ 'ਤੇ ਅਸੀਂ ਕੋਸ਼ਿਸ਼ ਕਰਕੇ ਕੰਮ ਕਰਾਉਣ ਦੀ ਲੋਕਾਂ ਦੀ ਸਮਰਥਨ ਕਰਾਂਗੇ ਸਾਰੀਆਂ ਚੀਜ਼ਾਂ